ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਦਰ ਅਵਤਾਰ ਸਿੰਘ ਦੁਆ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਸਰਦਾਰ ਅਵਤਾਰ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਗਿਆਨ ਸਿੰਘ ਜੀ ਦੇ ਘਰ ਮਾਤਾ ਸਰਦਾਰਨੀ ਜੀਵਨ ਕੌਰ ਹੁਣਾਂ ਦੀ ਕੁੱਖੋਂ ਸੰਨ 1943 ਵਿੱਚ ਪਾਕਿਸਤਾਨ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਸੁਗੜ ਸਿਆਣੇ ਅਤੇ ਹੋਣਹਾਰ ਪ੍ਰਤਿਭਾ ਦੇ ਮਾਲਿਕ ਸਨ। ਆਪਣੀ ਪੜ੍ਹਾਈ ਪੂਰੀ ਕਰਕੇ ਆਪ ਜੀ ਨੇ ਸਟੀਲ ਦੇ ਬਿਜ਼ਨਸ ਦੀ ਸ਼ੁਰੂਆਤ ਪੰਜਾਬ ਸਟੀਲਸ ਦੇ ਨਾਮ ਤੋਂ ਕੀਤੀ। ਸਰਦਾਰ ਅਵਤਾਰ ਸਿੰਘ ਜੀ ਆਪਣੇ ਹਰ ਕੰਮ ਨੂੰ ਬਹੁਤ ਹੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਿਆ ਕਰਦੇ ਸਨ, ਜਿਸ ਦੀ ਬਦੌਲਤ ਆਪ ਜੀ ਨੇ ਆਪਣੇ ਕੰਮ ਵਿੱਚ ਚੰਗਾ ਮੁਕਾਮ ਹਾਸਿਲ ਕੀਤਾ ਅਤੇ ਹੌਲੀ ਹੌਲੀ ਆਪ ਜੀ ਨੇ ਜੋਤੀ ਇੰਡਸਟਰੀ ਅਤੇ ਅਰੋੜਾ ਆਇਰਨ ਐਂਡ ਸਟੀਲ ਰੋਲਿੰਗ ਮਿਲ ਦੀ ਸਥਾਪਨਾ ਕੀਤੀ। ਸਰਦਾਰ ਅਵਤਾਰ ਸਿੰਘ ਜੀ ਹੁਣਾਂ ਦਾ ਵਿਆਹ ਸੰਨ 1971 ਵਿੱਚ ਸਰਦਾਰਨੀ ਮਹਿੰਦਰ ਕੌਰ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੀਆਂ ਪਰਿਵਾਰਕ ਜ਼ਿੰਮੇਦਾਰੀਆਂ ਨੂੰ ਬਖੂਬੀ ਨਿਭਾਇਆ। ਆਪ ਜੀ ਦੇ ਘਰ ਬੇਟੇ ਰਮਿੰਦਰਪਾਲ ਸਿੰਘ ਅਤੇ ਬੇਟੀ ਹਰਪ੍ਰੀਤ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜ੍ਹਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੇਟੇ ਸਰਦਾਰ ਰਮਿੰਦਰਪਾਲ ਸਿੰਘ ਜੀ ਆਪਣੇ ਮਾਤਾ ਜੀ ਅਤੇ ਆਪਣੇ ਪਿਤਾ ਜੀ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹਨਾਂ ਦੇ ਬਿਜ਼ਨਸ ਨੂੰ ਸੰਭਾਲ ਰਹੇ ਹਨ ਅਤੇ ਉਹਨਾਂ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰ ਅਵਤਾਰ ਸਿੰਘ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ। ਲੋੜਵੰਦਾਂ ਦੀ ਸਹਾਇਤਾ ਆਪ ਜੀ ਹਮੇਸ਼ਾ ਹੀ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਸਰਦਾਰ ਅਵਤਾਰ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਸਨ। ਜੋ ਕੋਈ ਵੀ ਇੱਕ ਵਾਰ ਆਪ ਜੀ ਨਾਲ ਗੱਲ ਕਰ ਲੈਂਦਾ ਤਾਂ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ ਸੀ। ਸਰਦਾਰ ਅਵਤਾਰ ਸਿੰਘ ਜੀ ਹੁਣਾਂ ਦੇ ਪਾਏ ਪੂਰਨਿਆਂ ਤੇ ਅੱਜ ਆਪ ਜੀ ਦਾ ਸਾਰਾ ਪਰਿਵਾਰ ਚੱਲ ਰਿਹਾ ਹੈ। ਸਹਜ ਹੋਵੇ ਦਿਲ ਰਾਗੀ।
Thank you.
Rahat
ਲੇਕਿਨ ਨਾਲ ਇਸ ਸਮਾਗਮ ਨੂੰ ਜੇ ਮੈਂ ਜਾਂਦਾ ਜਾਂਦਾ ਕਹਿ ਜਾਵਾਂ ਵੀ ਇਹ ਚੇਤਾਵਨੀ ਸਮਾਗਮ ਹੈ ਆਪਾਂ ਸਾਰਿਆਂ ਨੂੰ ਪਤਾ ਹੋਵੇ ਕਿ ਸਾਡਾ ਵੀ ਸਮਾਂ ਇੱਥੇ ਹੀ ਆਉਣਾ ਅਤੇ ਆਪਾਂ ਅੱਗੇ ਜਾਣਾ ਹੈ ਅਤੇ ਆਪਾਂ ਕਿਉਂ ਨਾ ਜਿਵੇਂ ਆਪਾਂ ਬਾਹਰਲੇ ਦੇਸ਼ ਵਿੱਚ ਜਾਂਦੇ ਹਾਂ ਤਾਂ ਆਪਣੀ ਪੂੰਜੀ ਨੂੰ ਕਨਵਰਟ ਕਰਦੇ ਹਾਂ ਜਿੱਥੇ ਪੂੰਜੀ ਚੱਲਦੀ ਕਿਸੇ ਜਗ੍ਹਾ ਡਾਲਰ ਚੱਲਦੇ ਨੇ ਕਿਸੇ ਜਗ੍ਹਾ 'ਤੇ ਪਾਉਂਡ ਚੱਲਦੇ ਨੇ ਕਿਸੇ ਜਗ੍ਹਾ ਜਿਹੜੀ ਕਰੰਸੀ ਚੱਲਦੀ ਜਿਵੇਂ ਸਰਦਾਰ ਕਾਰ ਦਿੱਤੀ ਦੁਆ ਆਪਣੀ ਕਰੰਸੀ ਨੂੰ ਕਨਵਰਟ ਕਰਕੇ ਉਹਨਾਂ ਦੀ ਕਰੰਸੀ ਨੂੰ ਆਪਣਾ ਬਦਲ ਕੇ ਲੈ ਕੇ ਜਿਹੜੀ ਸਤਖੰਡ ਦੇ ਦਰ 'ਤੇ ਨਿਰਕਾਰ ਦੇ ਘਰ ਵਿੱਚ ਚੱਲਦੀ ਹੈ ਬਾਕੀ ਤਾਂ ਕਾਚਾ ਤਾਂ ਇੱਥੇ ਰਹਿ ਜਾਂਦਾ ਮਹਾਂਪੁਰਸ਼ ਦੱਸਦੇ ਨੇ ਵੀ ਜਿਹੜੇ ਦੇਸ਼ ਜਾਣਾ ਉੱਥੋਂ ਦੀ ਕਰੰਸੀ ਉੱਥੋਂ ਦੀ ਚੱਲਦੀ ਇਸੇ ਲਈ ਆਪਾਂ ਵੀ ਸਾਰੇ ਉਹਨਾਂ ਦੇ ਪਾਏ ਪੂਰੀਆਂ ਦੇ ਚੱਲਦੇ ਹੋਏ ਆਪਣੀ ਆਪਣੀ ਕਰੰਸੀ ਨੂੰ ਕਨਵਰਟ ਕਰੀਏ ਕਿਉਂਕਿ ਬਾਹਰਲੇ ਦੇਸ਼ ਦਾ ਜਦੋਂ ਜਾਣਾ ਤਾਂ ਵੀਜ਼ਾ ਲਗਵਾਉਣਾ ਪੈਂਦਾ ਲੇਕਿਨ ਜਿਹੜਾ ਇਹ ਦੇਸ਼ ਜਾਏ ਇਹਨਾਂ ਦਾ ਵੀਜ਼ਾ ਹੁਣ ਲੱਗਾ ਹੋਇਆ ਆਪਾਂ ਨੂੰ ਕਦੋਂ ਵੀਜ਼ੇ ਦੀ ਤਰੀਕ ਆ ਰਹੀ ਹੈ ਇਸ ਲਈ ਚੰਗੇ ਕੰਮ ਕਰੀਏ ਆਪਣੇ ਆਪਣੇ ਕਨਵਰਟ ਕਰੰਸੀ ਨੂੰ ਨਾਲ ਨਾਲ ਕਨਵਰਟ ਕਰੀਏ ਕਰੰਸੀ ਕਨਵਰਟ ਹੋਈ ਕਰਨੀ ਆਪਣੇ ਜਿਹੜੇ ਪੁੱਲ ਨੇ ਜਿਹੜੇ ਚੰਗੇ ਕੰਮ ਨੇ ਉਹ ਕਰੰਸੀ ਆਪਾਂ ਆਪਣੀ ਆਪਣੀ ਵਧਾਈਏ ਸਾਰੇ ਪਰਿਵਾਰ ਵੱਲੋਂ ਦੁਆ ਪਰਿਵਾਰ ਵੱਲੋਂ ਸਤਦੇਵਾ ਪਰਿਵਾਰ ਵੱਲੋਂ ਬੱਦਰਾ ਪਰਿਵਾਰ ਵੱਲੋਂ ਚਾਵਲਾ ਪਰਿਵਾਰ ਵੱਲੋਂ ਸ਼ਰਮਾ ਪਰਿਵਾਰ ਵੱਲੋਂ ਸਮੂਹ ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਪਹਿਲੇ ਦਿਨ 14 ਤਰੀਕ ਨੂੰ ਅੱਜ ਸਾਰੇ ਨੇ ਚੌਥੇ ਵੇਲੇ ਵੀ ਸਾਰੇ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਸਾਹਿਬ ਦਾ ਪ੍ਰਸ਼ਾਦ ਵਰਤੋਂ ਲੈਣ ਤੋਂ ਬਾਅਦ ਥੱਲੇ ਗੁਰੂ ਦਾ ਲੰਗਰ ਤਿਆਰ ਹੈ ਜਿਨ੍ਹਾਂ ਨੇ ਨਹੀਂ ਲੰਗਰ ਛਕਿਆ ਉਹ ਛਕ ਕੇ ਜਾਣ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸ਼ੋਕ ਉੱਤੇ ਆਏ ਨੇ ਜਿਵੇਂ ਨਾਮ ਪੜ੍ਹਨ ਦਾ ਬਹੁਤ ਸਮਾਂ ਲੱਗ ਜਾਏਗਾ ਸਮਾਂ ਸਭ ਦਾ ਕੀਮਤੀ ਹੈ ਬਹੁਤ ਬਹੁਤ ਦੂਰੋਂ ਮੇਰੇ ਚੱਲ ਕੇ ਬਿਜ਼ਨਸਮੈਨ ਰਾਜਨੀਤਿਕ ਨੇਤਾ ਧਾਰਮਿਕ ਨੇਤਾ ਰਿਸ਼ਤੇਦਾਰ ਸੱਜਣ ਮਿੱਤਰ ਬਹੁਤ ਸਾਰੀਆਂ ਸੰਗਤਾਂ ਆਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸ਼ੋਕ ਉੱਤੇ ਭੇਜੇ ਉਹਨਾਂ ਦਾ ਵੀ ਧੰਨਵਾਦ ਸਭ ਨੂੰ ਬੇਨਤੀ ਹੈ ਆਪਾਂ 2 ਮਿੰਟ ਦਾ ਜਾਪ ਕਰਾਂਗੇ ਉਹਨਾਂ ਦੇ ਪ੍ਰਸ਼ਾਦ ਮੰਗਿਆ ਜਾਏਗਾ ਅਤੇ ਉਸ ਤੋਂ ਬਾਅਦ ਆਪਾਂ ਲੰਗਰ ਛੱਕ ਕੇ ਪਰਿਵਾਰ ਨੂੰ ਅਸੀਸਾਂ ਦਿੰਦੇ ਆਪਾਂ ਜਾਵਾਂਗੇ ਸਤ ਸਤਿ ਨਾਮ ਵਾਹਿਗੁਰੂ ਸਤਿ ਨਾਮ